लुधियाना ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਿਆ ਦੇ ਵੱਲੋਂ ਅਕਾਲੀ ਦਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੇ ਸੀਨੀਅਰ ਅਕਾਲੀ ਆਗੂ ਮਹੇਸ਼ਿੰਦਰ ਗਰੇਵਾਲ ਨੇ ਨਿਸ਼ਾਨਾ 사ਧਿਆ ਤੇ ਉਹਨਾਂ ਨੇ ਕਿਹਾ ਹੈ ਕਿ ਪਾਰਟੀ ਦੇ ਲੋਕ ਨੇ ਜੋ ਹੁੰਦੇ ਜਾਂਦੇ ਰਹਿੰਦੇ ਨੇ ਤੇ ਗੋਸ਼ਿਆ ਨੇ ਪਾਰਟੀ ਚ ਰਹਿੰਦੇ ਆ ਕਾਫੀ ਮਾਨ ਸਨਮਾਨ ਹਾਸਿਲ ਕੀਤਾ ਪਰ ਹੁਣ ਭਾਜਪਾ ਵਿੱਚ ਸ਼ਾਮਲ ਹੋ ਕੇ ਪਾਰਟੀ ਦੇ ਨਾਲ ਉਹਨਾਂ ਦੇ ਵੱਲੋਂ ਧੋਖਾ ਕੀਤਾ ਗਿਆ ਦੀ ਦਲ ਛਟਕੇ ਨਹੀਂ ਮੰਨਦਾ ਇਹ ਛਟਕਿਆ ਉਹ ਗਿਆ ਜਿਹੜਾ ਗਿਆ ਅਕਾਲੀ ਦਲ ਚ ਤਾਂ ਲਾਈਨ ਲੱਗੀ ਵੱਡਿਆਂ ਦੀ ਖੜੀ ਐ ਸਾਨੂੰ ਤਾਂ ਮਸਾ ਇਹ ਜਿਆ ਤਾਂ ਖਿਹੜਾ ਛੁੱਟਿਆ ਜਿਹੜੇ ਉਧਰ ਲਈ ਕਿਸੇ ਪਾਰਟੀ ਜਿਹੜੇ ਬੰਦੇ ਦੀ ਕੋਈ ਕਮਿਟਮੈਂਟ ਨਹੀਂ ਐਨੇ ਖੁਦਗਰਜ਼ ਨੇ ਇਹ ਲੋਕ ਕਿ ਇਹਨਾਂ ਨੂੰ ਪਛਾਣ ਦਿੱਤੀ ਇਨਾਮ ਦਿੱਤਾ ਥਾਂ ਦਿੱਤਾ ਤੇ ਹੁਣ ਉਹ ਇੱਕ ਸਿਰਫ ਸਾਊਥ ਦੀ ਟਿਕਟ ਪਿੱਛੇ ਜਿਹੜੇ ਬੰਦੇ ਵਿਗ ਜਾਣ ਵਿਕਾਊ ਮਾਲ ਦਾ ਅਕਾਲੀ ਦਲ ਚ ਕੋਈ ਥਾਂ ਨਹੀਂ ਗਿਆ ਇਹ ਤਾਂ ਉਹ ਦੱਸੇ ਨਾ ਪਾਰਟੀ ਨੂੰ ਪਤਾ ਸੀ ਪਾਰਟੀ ਨੂੰ ਪਤਾ ਸੀਗਾ ਪਾਰਟੀ ਨੂੰ ਕਦੋਂ ਦਾ ਪਤਾ ਸੀਗਾ ਕਿ ਇਹੇ ਭਜੂਗਾ ਪਹਿਲਾਂ ਆਪ ਚ ਫਿਰਦਾ ਰਿਹਾ ਆਪਸੇ ਕਾ ਲੇਣੀ ਬਣੀ ਜੀ ਆਪਨੇ ਜਵਾਬ ਦਿੱਤਾ ਉਹ ਕਹਿੰਦੇ ਪਹਿਲਾਂ ਪਾਰਟੀ ਜੁਆਇਨ ਕਰ ਟਿਕਟ ਦਾ ਵਾਅਦਾ ਕਰਾਂਗੇ ਬਾਅਦ ਚ ਜੀ ਫਿਰ ਉਥੇ ਬੱਗੇ ਨੂੰ ਦੇਤੀ ਟਿਕਟ ਤਾਂ ਨਰਾਸ਼ ਹੋ ਗਿਆ ਸੋ ਇਹ ਬਕਾਊ ਮਾਲ ਦਾ ਅਕਾਲੀ ਦਲ ਚ ਕੋਈ ਥਾਂ ਨਹੀਂ ਗਏ ਪਰ ਕੀ ਮੰਨਦੇ ਹੋ ਸਰ ਜਿਸ ਤਰੀਕੇ ਨਹੀਂ ਮੰਨਣਾ ਕੀ ਆ ਜਿਹੜਾ ਫੋਰ ਸੇਲ ਹੈ ਮੁੱਲ ਪਾਤਾ ਅਗਲੇ ਲੈ ਗਏ ਸਰ ਪਰ ਬਾਕੀ ਵੀ ਲੀਡਰ ਕਹਿ ਰਹੇ ਸੰਪਰਕ ਚ ਹੈਗੇ ਨੇ ਜੀ ਮੇਰੀ ਗੱਲ ਸੁਣ ਲਓ ਅਕਾਲੀ ਦਲ ਹੈ ਜਿਹੜੇ ਅਕਾਲੀ ਆ ਨਾ ਉਹ ਕੋਈ ਨਹੀਂ ਜਾਂਦਾ ਜੀ ਜਿਹੜੇ ਤੁਰਦੇ ਫਿਰਦੇ ਤਰ ਤੇ ਪੱਤੇ ਆ ਜਿਹੜੇ ਕੋਈ ਬਾਦਲ ਸਾਹਿਬ ਨੇ ਕਿਹਾ ਨਾ ਉੱਥੇ ਮੰਜੀ ਸਾਹਿਬ ਕਿ ਜਿਹੜੇ ਜਾਂਦੇ ਆ ਜਾਣਦੇ ਸੁਖਵੀਰ ਬੋਝ ਨਾ ਮੰਨੀ ਆਪਣੇ ਕੋਲ ਨਵੇਂਾਂ ਦੀ ਬਹੁਤ ਵੱਡੀ ਲਾਈਨ ਆ ਪਰ ਸਰ ਕੀ ਲੱਗਦਾ ਕੁਛ ਲੱਗਦਾ ਹੀ ਨਹੀਂ ਪ੍ਰਕਾਸ਼ ਸਿੰਘ ਬਾਦਲ ਜੀ ਸਾਰਿਆਂ ਨੂੰ ਜੋੜ ਕੇ ਰੱਖਦੇ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਮੰਜੀ ਸਾਹਿਬ ਜੀ ਹੁਣ ਇੱਕ ਇੱਕ ਅਸੈਂਬਲੀ ਦੇ ਹਲਕੇ ਤੇ ਤਿੰਨ ਕੈਂਡੀਡੇਟ ਕਿੱਥੋਂ ਖੜੇ ਕਰਦੀਏ ਜੀ ਕਰ ਦਾਂਗੇ ਕਿੱਥੋਂ ਪਰ ਲੱਗਦਾ ਕਿਤੇ ਨਾ ਕਿਤੇ ਬਗਾਵਤ ਹੋ ਰਹੀ ਟਿਕਟਾਂ ਲੈ ਕੇ ਕੋਈ ਬਗਾਵਤ ਨਹੀਂ ਹੁੰਦੀ ਇਹ ਸਭ ਬਕਾਊ ਮਾਲ ਸੀ ਇਹ ਇਹ ਟਿਕਟਾਂ ਦੇ ਕਾਬਲ ਨੇ ਇਹਦਾ ਕੱਲੂ ਜਿੱਤ ਕੇ ਵੀ ਭੱਜਦੇ ਇਹ ਜਿਹਨੂੰ ਟਿਕਟ ਕਹਦੇ ਤੇ ਚੀ ਸਾਦੇ ਲੁਧਿਆਣੇ ਦਾ ਜਿਹੜਾ ਅਕਾਲੀ ਲੀਡਰ ਕੋਈ ਨਹੀਂ ਜਾਂਦਾ ਜਿਹੜੇ ਵਿਕਾਊਗਾ ਕੋਈ ਜਾਵੇ ਅਕਾਲੀ党 ਨੂੰ ਕਿਸੇ ਦਾ ਫਰਕ ਨਹੀਂ ਪੈਂਦਾ ਲੱਗਦਾ ਲੁਧਿਆਣੇ ਚ ਸੈਂਟ ਪਊਗਾ ਕੋਈ ਨਹੀਂ ਪੈਂਦਾ ਜੇ ਇਹਨਾਂ ਦੇ ਕਰਕੇ ਹੋਵੇ ਰੋੜੀਆਂ ਦੇ ਨਾਲ ਕਿਲੋ ਨਹੀਂ ਤੋੜੇ ਜਾਂਦੇ ਇਹ ਨਿੱਕੇ ਨਿੱਕੇ ਸੜਕ ਦੇ ਕਿੱਕਰੇ ਨੇ ਰੋੜੀਆਂ ਇਹਨਾਂ ਨਾਲ ਸੜਕ ਨਹੀਂ ਕਦੇ ਬਣਦੀ ਹੁੰਦੀ